ਰੀਫਿਲ ਕਰਿਆ ਜੀ। ਆਹੀ ਤੇਂਗ ਹੈ ਨਾ ਜਿਵੇਂ ਸਾਊਦੀ ਆਲ ਬੈਕ ਨਹੀਂ ਬ੍ਰਾਂਡ ਉਹ 1000 ਰੁਪਏ ਲੱਗਦਾ ਸਿਰਫ। ਅਸਲਾਮੁਅਲੈਕੁਮ ਜੀ, ਕੀ ਹਾਲ ਹੈ, ਠੀਕ ਹੋ? ਅੱਜ ਅਸੀਂ ਦੋਸਤ ਰਲ ਕੇ ਜਾ ਰਹੇ ਹਾਂ ਜੀ ਮੈਕਡੋਨਲਡ 'ਤੇ। ਅਸੀਂ ਜਾ ਰਹੇ ਹਾਂ ਬੇਰਾ ਮੋਟਰਵੇ ਉੱਤੇ, ਅਸੀਂ ਚੈੱਕ ਕਰ ਸਕਦੇ ਮੈਕਡੋਨਲਡ ਵਾਲਿਆਂ ਕੋਲ ਚੱਲ ਸਕਦੇ, KFC 'ਤੇ ਜਾ ਸਕਦੇ, RD's ਵਾਲਿਆਂ ਕੋਲ, ਅਤੇ ਇੱਕ ਅੱਧਾ ਕੋਈ ਹੋਰ ਬ੍ਰਾਂਡ ਅਗਰ ਸਾਨੂੰ ਲੱਗ ਗਿਆ ਤਾਂ ਉਹ ਚੈੱਕ ਕਰ ਸਕਦੇ। ਉਹਨਾਂ ਦੇ ਅਸੀਂ ਬਰਗਰ ਟਰਾਈ ਕਰ ਸਕਦੇ, ਨਾਲ ਉਹਨਾਂ ਦੇ ਅਸੀਂ ਫਰਾਈ ਚਿਕਨ ਚੈੱਕ ਕਰ ਸਕਦੇ। ਹੋਰ ਕੋਈ ਅਗਰ ਚੀਜ਼ ਸਾਨੂੰ ਕੰਪੈਰੀਜ਼ਨ ਨਹੀਂ ਲੱਭਦੀ ਤਾਂ ਉਹ ਚੈੱਕ ਕਰ ਸਕਦੇ, ਨਹੀਂ ਤਾਂ ਤੁਸੀਂ ਸਾਡੇ ਨਾਲ ਰਵੇ ਅਤੇ ਇਹ ਜਿਹੜਾ ਚੀਜ਼ਾਂ ਚੈੱਕ ਕਰਾ ਕਰਵਾਉਣੀਆਂ ਨੇ, ਇਹਨਾਂ 'ਤੇ ਗੁਜ਼ਾਰਾ ਕਰ ਲਵੇ। ਜਾਣਾ ਤਿਆ ਹੀ, ਲੇਕਿਨ ਉੱਥੇ ਸਾਡੇ ਨਾਲ ਵੱਡੇ ਮਹਿਮਾਨ ਆਏ ਹੋਏ ਨੇ, ਇੱਥੇ ਹੁਣ ਸਾਡੀ ਮੁਸ਼ਕਲ ਹੀ, ਅਸੀਂ ਜਾਵੀਏ ਅਤੇ ਅਸੀਂ ਹੁਣ ਹੋਰ ਦੇ ਜਾਂਦੇ ਹਾਂ। ਹਾਂ ਜੀ ਰੇਲ ਸ਼ਾਹ ਜੀ, ਕੀ ਹੁਣ ਆਰਡਰ ਕਰਨਾ ਹੈ? ਜੀ ਇਹਨਾਂ ਦੀ ਇੱਕ ਚਿਕਨ ਬਕਟ ਆਖਦੇ ਆ, ਅੱਗੇ ਬੜੀ ਰਸ਼ ਆਈ, ਹੁਣ ਰਸ਼ ਬੜਾ ਘੱਟ ਗਿਆ। ਉਹ ਬਹਿਣਾ ਹਰ ਦਾ ਵਿਰਾਹ ਇਕਲੌਤਾ ਹੈ ਬੀਬੀਆਂ ਦੀ ਲੈਣ ਚੋਂ। ਅੱਛਾ ਜੀ, ਚੱਲਦੇ ਹਾਂ RD's ਵਾਲਿਆਂ ਕੋਲ ਅਤੇ ਇਹਨਾਂ ਦੀ ਕੋਈ ਚੀਜ਼ਾਂ ਟਰਾਈ ਕਰਦੇ ਹਾਂ ਕੀ ਇਹਨਾਂ ਕੋਲ ਲੈਣਾ ਅਤੇ ਕੀ ਇਹਨਾਂ ਦੀ ਅਸੀਂ ਨਾ ਚੈੱਕ ਕਰਨੀ। ਅੱਛਾ सर, हमारा ऑर्डर रिपीट कीजिएगा सर। एक आपकी किले वाली नीलो भी है और एक आपका रैप हो गया, ठीक है? इसके अलावा ये आपका टिक भी होगा ऑर्डर। थैंक यू। ਅੱਛਾ ਜੀ, ਅਸਾਂ KFC ਵੀ ਕੁਲੈਕਟ ਕਰ ਲਿਆ, RD's ਵੀ ਕਰ ਲਿਆ ਅਤੇ ਮੈਕਡੋਨਲਡ ਵੀ ਕਰ ਲਿਆ। ਉਹਨਾਂ ਨੇ ਤਿੰਨ ਨਾ ਇਕੱਠੇ ਰੱਖ ਕੇ ਨਾ ਚੈੱਕ ਕਰਦੇ ਹਾਂ ਇਹਨਾਂ ਦਾ ਕੋਈ ਕੰਪੈਰੀਜ਼ਨ ਕਰਦੇ ਹਾਂ, ਅਤੇ ਬਾਕੀ ਮੁੜ ਦੂਜੀ ਸਾਈਡ 'ਤੇ ਬੇਰਾ ਇੰਟਰਚੇਂਜ ਵੱਲ ਜਾ ਕੇ ਅਤੇ ਕੋਈ ਹੋਰ ਸ਼ਾਇਦ ਵੀ ਟਰਾਈ ਕਰ ਸਕਦੇ। ਅੱਛਾ ਜੀ, ਸਾਡੀ ਆ ਗਈ KFC, ਇਹਦੇ 5 ਪੀਸ ਚਿਕਨ ਦੇ ਲੈਣੇ, ਇੱਕ ਨਾਲ ਇਹਨਾਂ ਦਾ ਬਰਗਰ ਹੈ ਅਤੇ ਫਰਾਈਜ਼ ਨੇ, ਨਾਲ ਇਹਨਾਂ ਦੀ ਨਾ ਕੋਲਡ ਡਰਿੰਕ ਹੈ। ਅੱਛਾ ਇਹ ਜੀ ਮੈਕਡੋਨਲਡ ਦੇ ਆ ਗਏ 2 ਡਰਿੰਕਾਂ ਨੇ ਅਤੇ ਨਾਲ ਇਹਨਾਂ ਦੇ 2 ਪੀਸ ਚਿਕਨ ਨੇ, ਫਰਾਈਜ਼ ਨੇ, ਔਰ ਨਾਲ ਇਹਨਾਂ ਦਾ ਨਾ ਇੱਕ ਕ੍ਰਿਸਪੀ ਬਰਗਰ ਆ ਸਪਾਈਸੀ। ਅਤੇ ਇਹ RD's ਆ ਗਏ ਡਰਿੰਕ, ਨਾਲ ਇਹਨਾਂ ਦੀ ਇਹ ਫਿਲੇ ਬਰਗਰ ਇਹਨਾਂ ਦਾ, ਇਹ ਜ਼ਿੰਗਰ ਬਰਗਰ ਹੈ ਜੀ, ਇਹ ਨਾਲ ਇਹਨਾਂ ਦਾ ਨਾ ਕੋਈ ਹੈ ਸੈਂਡਵਿਚ ਟਾਈਪ ਹੈ ਕੋਈ ਬੜਾ ਕੀ ਇਹਨਾਂ ਕਿਤੇ ਰੈਪ, ਅਤੇ ਇਹਨਾਂ ਦਾ ਟਰਾਈ ਕਰ ਸਭ ਤੋਂ ਪਹਿਲਾਂ ਫਿਰ ਇਹਨਾਂ ਦੀ ਡਰਿੰਕ ਟਰਾਈ ਕਰਦੇ ਹਾਂ RD's ਵਾਲਿਆਂ ਦੀ। ਕਾਫੀ ਨਾ ਅੱਛੀ ਕੁਆਲਿਟੀ ਦੀ ਹੈ। ਆਏ ਹਾਏ ਆਏ ਹਾਏ, ਮਸਾਲੇ ਚੈੱਕ ਕਰੋ, ਕ੍ਰਿਸਪੀਨੈਸ ਚੈੱਕ ਕਰੋ, ਉਹਨਾਂ ਦਾ ਟੇਸਟ ਵੇਖੋ, ਕੜਕ ਹੈ, ਅਸੀਰ ਹੋ ਗਈ ਕਸਮ। ਅੱਛਾ ਨਾ, ਤੁਸੀਂ ਉਹਨਾਂ ਦਾ ਨਾ ਚੈੱਕ ਕੀਤਾ, ਇਹ ਵੀ ਨਾ ਮੈਕਡੋਨਲਡ ਦਾ ਜਿਹੜਾ ਚਿਕਨ ਹੈ ਨਾ, ਇਹ ਤਾਂ ਚੈੱਕ ਕਰੋ ਕਿਵੇਂ ਦਾ, ਪਹਿਲਾਂ ਚੈੱਕ ਕਰੋ ਅੰਦਰੋਂ, ਸਕਾ ਤਾਂ ਥੋੜ੍ਹਾ ਉਹ ਮੰਨਦੀ ਨਹੀਂ ਸਮਝੋ, ਲੇਕਿਨ ਟੇਸਟ ਵੀ ਚਲੋ ਮੁੜ ਵੇਖਦੇ ਹਾਂ ਕਿ ਮਾਤ ਦਿੰਦੇ ਹੁਣ ਕਿ ਨਹੀਂ। ਆਹੀ ਤੇਂ ਹੈ ਨਾ ਜਿਵੇਂ ਸਾਊਦੀ ਆਲ ਬੈਕ ਨਹੀਂ ਬ੍ਰਾਂਡ ਉਹ 1000 ਰੁਪਏ ਲੱਗਦਾ ਸਗੋਂ। ਟੇਸਟ ਵਿੱਚ ਹੁਣ ਟੇਸਟ ਜਿਹੜਾ ਚਿਕਨ ਉਹਦੇ ਵਿੱਚ KFC ਦਾ ਮੁਕਾਬਲਾ ਕੋਈ ਨਹੀਂ, ਟੇਸਟ ਉਹਦੇ ਆ ਨਹੀਂ, ਲੇਕਿਨ ਹੁਣ ਕਾਫੀ ਅੱਛਾ ਮਤਲਬ ਨਾ ਗੁਜ਼ਾਰਾ ਕਰ। ਇਹ ਨਾ ਜੀ RD's ਦਾ ਚਿਕਨ ਰੈਪ ਹੈ, ਇਹ ਚੈੱਕ ਕਰਦੇ ਹਾਂ RD's ਦੀ ਕੈਚਅਪ ਨਾਲ।
ਇਹਦੇ ਵਿੱਚ ਨਗਟ ਟਾਈਪ ਕੋਈ ਚੀਜ਼ ਲੱਗ ਰਹੀ ਹੈ। ਇਹ ਫਸਟ ਬਾਈਟ ਨਾਲ ਚੈੱਕ ਕਰਿਆ ਤੁਸੀਂ ਬਿਸਮਿਲ੍ਲਾਹ ਰਹਿਮਾਨ ਰਹੀਮ ਨਗਟ ਨੇ ਇਹਦੇ ਵਿੱਚ ਚੈੱਕ ਕਰੋ ਨਾ ਬੜਾ ਬਿਹਤਰੀਨ ਹੈ ਯਾਰ ਇਹ ਛੋਟਾ ਇਹ ਬੜਾ ਅੱਛਾ ਇਹ ਜੀ ਹਾਰਡੀਜ਼ ਦਾ ਫਿਲੇ ਚਿਕਨ ਫਿਲੇ ਬਰਗਰ ਚੈੱਕ ਕਰੋ ਇਹ ਚੈੱਕ ਕਰੋ ਵਿੱਚ ਫਿਲੇ ਇਹਦੇ ਵਿੱਚ ਹੈ ਮਾਇਓਨੀਜ਼ ਦੇ ਉੱਤੇ ਸਲਾਦ ਹੈ ਮੇਰੀ ਭਾਈ ਹੋਈ ਨਾ ਅੱਛਾ ਚੈੱਕ ਟੇਸਟ ਚੈੱਕ ਕਰਕੇ ਮੰਤ ਬੜਾ ਅੱਛਾ ਸੌਫਟ ਹੈ ਵੇਖੋ ਨਾ ਮੈਕਡੋਨਲਡ ਦਾ ਨਾ ਚਿਕਨ ਹੈ ਯਾਰ ਇਹ ਵੀ ਬੜਾ ਜੂਸੀ ਹੈ ਵਜੀ ਜਵਾਨ ਕਿਉਂ ਨਹੀਂ ਪਸੰਦ ਆਇਆ ਇਹਨਾਂ ਦੇ ਪਸੰਦ ਹੀ ਕੁਝ ਲੈਵਲ ਹੀ ਹੈ ਯਾਰ ਇਹ ਤਾਂ ਬੜਾ ਮਜ਼ੇਦਾਰ ਹੈ ਕੇ ਐਫ ਸੀ ਤੁਹਾਡੇ ਨਾਲ ਚੰਗਾ ਹੈ ਯਾਰ ਮੈਂ ਫਿਰ ਉਹ ਵੀ ਜ਼ਿਆਦਾ ਪਸੰਦ ਆਇਆ ਚਲੋ ਮਾਂ ਕਿਉਂਕਿ ਤਾਂ ਬੜਾ ਨਰਮ ਹੈ ਅੱਛਾ ਨਾ ਬੋਤਲਾਂ ਟਰਾਈ ਕੀਤੀਆਂ ਨੇ ਸਭ ਤੋਂ ਅੱਛੀ ਜਿਹੜੀ ਹੈ ਨਾ ਸਭ ਤੋਂ ਅੱਛੀ ਮੈਕਡੋਨਲਡ ਵਾਲਿਆਂ ਦੀ ਜਿਹੜੀ ਹੈ ਨਾ ਕੋਕ ਉਹ ਬਿਹਤਰੀਨ ਆਈ ਅਤੇ ਸਭ ਤੋਂ ਮਾੜੀ ਜਿਹੜੀ ਹੈ ਨਾ ਉਹ ਕੇ ਐਫ ਸੀ ਦੀ ਆਈ ਇੱਕ ਤਾਂ ਗਰਮ ਵੀ ਆਈ ਮਜ਼ੇ ਦੀ ਵੀ ਕੋਈ ਨਾ ਆਇਆ ਸੀ ਆਰਡੀਜ਼ ਦੀ ਵੀ ਠੀਕ ਹੈ ਰੀ ਇਹਨਾਂ ਦੀ ਸਾਰਿਆਂ ਨਾਲੋਂ ਚੰਗੀ ਗੱਲ ਜਿਹੜੀ ਹੈ ਨਾ ਆ ਜਿਹੜੀ ਰੀਫਿਲ ਨਾ ਕਰ ਦਿੰਦੇ ਇੱਕ ਰੀਫਿਲ ਕਰਿਆ ਜੀ ਆ ਜਿਹਨਾਂ ਰੀਫਿਲ ਕਰਦੇ ਹਾਂ ਖਾਂ ਕੀ ਸੂਰਤ ਆ ਰਹੇ ਆ ਦਿਨ ਮੁਫਤੀ ਦਿੰਦੇ ਨੇ ਬਾਅਦ ਚੋਂ ਦੋ ਸੈਵਨ ਆਪ ਇੱਕ ਕੋਕ ਕਰ ਹੈ ਨਾ ਆਰਡੀਜ਼ ਵਾਲਿਆਂ ਨਾਲ ਅਲੱਗ ਜਗ੍ਹਾ ਬਣਾਈ ਵੀ ਹੈ ਬੜਾ ਨਿਜ਼ਾਮ ਇਹਨਾਂ ਬਣਾਇਆ ਹੋਇਆ ਅਤੇ ਵਜੀ ਸ਼ਾਹ ਜੀ ਤੁਸੀਂ ਸਾਡੇ ਉਹਨਾਂ ਨਾਲ ਅਰਸ਼ ਖਾ ਪੀ ਛੱਡੀ ਵੀ ਹੈ ਅਤੇ ਜ਼ਿਆਦੀ ਇਹ ਹੈ ਜ਼ਿਆਦੀ ਜਗ੍ਹਾ ਤਾਂ ਸੋਹਣੀ ਲੱਭ ਗਈ ਸ਼ੀਰ ਸ਼ਾਹ ਜੀ ਹੁਣ ਦੱਸੋ ਬਰਗਰ ਕਿਵੇਂ ਤਰੇਵੇ ਤੁਸੀਂ ਲੈ ਲੈਦਾ ਆਪ ਚੈੱਕ ਕਰਨੇ ਨੇ ਅੱਛਾ ਮੈਂ ਹੁਣ ਤੁਹਾਨੂੰ ਤਿੰਨਾਂ ਦੀ ਜਿਹੜੀ ਕੁਆਲਿਟੀ ਹੈ ਨਾ ਬੰਦ ਦੀ ਕੁਆਲਿਟੀ ਅਤੇ ਚਿਕਨ ਦੀ ਕੁਆਲਿਟੀ ਜਿਹੜੀ ਉਹ ਤੁਹਾਨੂੰ ਦੱਸਣੀ ਇਹਦੇ ਵਿੱਚ ਇਹ ਮੈਕਡੋਨਲਡਸ ਦਾ ਮੈਕਡੋਨਲਡਸ ਦਾ ਜਿਹੜਾ ਬੰਨ ਹੈ ਨਾ ਉਹ ਉੱਤੇ ਨਜ਼ਰ ਆ ਰਿਹਾ ਇੱਕ ਸਾਫ਼ ਵੀ ਹੈ ਅਤੇ ਇੱਕ ਫੁੱਲ ਪ੍ਰੋਪਰ ਜਿਹੜਾ ਨਹੀਂ ਬਿਹਤਰੀਨ ਬਣਿਆ ਲੇਕਿਨ ਜਿਹੜਾ ਕੇ ਐਫ ਸੀ ਦਾ ਬੰਨ ਇਹ ਬਿਲਕੁਲ ਇਹਦੇ ਲੋਅ ਕੁਆਲਿਟੀ 'ਚ ਵੀ ਹੁੰਦੀ ਹੈ ਨਾ ਉਹ ਵਿੱਚ ਜਿਹੜਾ ਹਾਰਡੀਜ਼ ਹੈ ਇਹ ਮੀਡੀਅਮ ਵਿੱਚ ਆ ਜਾਂਦਾ ਮੇਰੇ ਹਿਸਾਬ ਵਿੱਚ ਅੱਛਾ ਇਹ ਚੈੱਕ ਕਰੋ ਫਿਲੇ ਬਰਗਰ ਸਹੀ ਅੱਛਾ ਟੇਸਟ ਦਾ ਵੈਸੇ ਇਹ ਹੁਣ ਕੇ ਐਫ ਸੀ ਦਾ ਇਹਦੇ ਤੁਸੀਂ ਆ ਵੇਖੋ ਚਿਕਨ ਕ੍ਰਿਸਪੀ ਚਿਕਨ ਇਹਨਾਂ ਵਿੱਚ ਐਡ ਕੀਤਾ ਗਿਆ ਇਸਦੇ ਉਸ ਦੇ ਵਿੱਚ ਜਿਹੜੀ ਸਿਰਫ ਉਹਨੇ ਪੇਟੀ ਹੈ ਹਾਰਡੀਜ਼ ਇਹਨਾਂ ਦੀ ਮੁਨਾਸਬ ਹੈ ਨਿਜ਼ਾਮ ਮੁਨਾਸਬ ਹੈ ਲੇਕਿਨ ਉਹ ਹੀ ਗੱਲ ਹੈ ਜਿਹੜੇ ਬੰਨ ਦਿੱਤੇ ਸੀ ਨਾ ਮੈਂ ਬੰਨ ਇਤਨਾ ਅੱਛਾ ਨਹੀਂ ਆਇਆ ਸਹੀ ਇਹਨਾਂ ਦਾ ਸਾਰਿਆਂ ਨਾਲੋਂ ਲੋਅ ਕੁਆਲਿਟੀ ਮੈਕਡੋਨਲਡ ਦਾ ਟਰਾਈ ਕਰੋ ਕਹਿੰਦੇ ਪਹਿਲਾਂ ਚੈੱਕ ਕਰਾਓ ਕਹਿੰਦੇ ਵਿੱਚ ਚਿਕਨ ਕੈਸਾ ਇਸ ਦੇ ਵਿੱਚ ਜੀ ਇਹਨਾਂ ਦੀ ਪੇਟੀ ਹੈ ਮੈਕਡੋਨਲਡ ਆਇਆਂ ਦੀ ਅਤੇ ਬਾਕੀ ਸੋਸਿਸ ਵਗੈਰਾ ਜਿਹਨਾਂ ਨੂੰ ਆਉਂਦੀਆਂ ਜਿਹੜੀ ਸੋਸਿਸ ਨਹੀਂ ਅੱਛੀਆਂ ਵੈਸੇ ਅੱਛੀਆਂ ਵੈਸੇ ਸੋਸਿਸ ਨਹੀਂ ਆਉਂਦੀਆਂ ਸਭ ਤੋਂ ਅੱਛੀਆਂ ਅੱਛਾ ਜਿਹਨਾਂ ਦੀ ਜਿਹੜੀ ਬੰਨ ਕੁਆਲਿਟੀ ਹੈ ਨਾ ਮੈਕਡੋਨਲਡ ਆਇਆਂ ਦੀ ਇਹ ਬਿਹਤਰੀਨ ਹੈ ਜਿਹੜੀ ਇਹਨਾਂ ਦੀ ਪੇਟੀ ਹੈ ਵਿੱਚ ਉਹ ਹੁਣ ਅੱਗੇ ਨਾਲ ਸਾਰਾ ਕੁਝ ਟੇਸਟ ਵਗੈਰਾ ਜਿਹੜਾ ਪ੍ਰੈਸਿਵ ਦੀ ਨਾਲ ਆਈ ਨਹੀਂ ਅਤੇ ਟੇਸਟ ਵੀ ਨਾਲ ਬਿਲਕੁਲ ਬਿਹਤਰੀਨ ਹੈ ਅਤੇ ਅਗਰ ਕੁਆਲਿਟੀ ਵਾਈਜ਼ ਵੇਖਿਆ ਜਾਵੇ ਜਾਂ ਕੁਆਂਟਿਟੀ ਵਾਈਜ਼ ਵੇਖਿਆ ਜਾਵੇ ਸਭ ਤੋਂ ਅੱਛਾ ਜਿਹੜਾ ਮੇਰੇ ਹਿਸਾਬ ਨਾਲ ਮੈਕਡੋਨਲਡਸ ਹੈ ਉਸ ਤੋਂ ਬਾਅਦ ਫਿਰ ਜਿਹੜਾ ਉਹ ਆਰਡੀਜ਼ ਆ ਗਿਆ ਅਤੇ ਉਸ ਤੋਂ ਬਾਅਦ ਫਿਰ ਕੇ ਐਫ ਸੀ ਆ ਗਿਆ ਇਸ ਤੋਂ ਹੁਣ ਮੇਰਾ ਜਿਹੜਾ ਕਿੱਧਰ ਚੱਲੇ ਹੋ ਮੈਂ ਰੀਫਿਲ ਪੰਜਵਾਂ ਗਲਾਸ ਹੈ ਮਾਸ਼ ਕੇ ਕਿੱਧਰ ਚੱਲੇ ਆ ਅਲਹਮਦੁਲਿਲਾ ਪੰਜਵੀਂ ਵਾਰੀ ਰੀਫਿਲ ਕਰਾਉਣ ਚੱਲੇ ਆ ਮਸ਼ਕ ਚਾ ਕੇ ਨਾ ਆਰਡੀਜ਼ ਵਾਲੇ ਕੋਲ ਹੋ ਗਿਆ ਕਲੀਅਰ ਅਤੇ ਖਾ ਪੀਏ ਤਾਂ ਸਾਰਾ ਲਿਆ ਦਨ ਬਾਅਦ 'ਚ ਮੁਣ ਕੋਈ ਗੱਲਬਾਤ ਦੱਸਦੇ ਹਾਂ ਅਤੇ ਇੱਕ ਵਾਰੀ ਪੰਜਵੀਂ ਵਾਰੀ ਰੀਫਿਲ ਕਰਾ ਲਈਏ ਛੇਵੀਂ ਵਾਰੀ ਆ ਕੇ ਮੁਣ ਕਰੋ ਸਾਨੂੰ ਛੇਵੀਂ ਵਾਰੀ ਉਹ ਸੈਟ ਹੋ ਕਰਾ ਸਾਨੂੰ ਨਾ ਉਹ ਸੈਟ ਆ ਸ਼ੇਰ ਮੈਦਾਨ ਮਾਰ ਕੇ ਪੈ ਜਾਂਦੇ ਆ ਆ ਪੈ ਸ਼ੇਰ ਮੈਦਾਨ ਮਾਰ ਕੇ ਜਾਂਦੇ ਆ ਸ਼ੁਕਰੀਆ ਜੀ ਸ਼ੁਕਰੀਆ ਤੁਹਾਡਾ ਜਿਹਨਾਂ ਪੰਜ ਪੰਜ ਛੇ ਛੇ ਵਾਰੀ ਸਾਨੂੰ ਬੋਤਲ ਦਿੱਤੀ ਹੈ ਅੱਛਾ ਜੀ ਅਸੀਂ ਸਾਊਥ ਵੱਲੋਂ ਕਲੀਅਰ ਹੋ ਗਏ ਹੁਣ ਨੌਰਥ ਵੱਲ ਚੱਲਦੇ ਹਾਂ ਇੰਟਰਚੇਂਜ ਵੱਲ ਇਹ ਵੀ ਕਲੀਅਰ ਹੋ ਗਿਆ ਨਾ ਉਦੋਂ ਆ ਗਿਆ ਜੀ ਦੂਜੀ ਸਾਈਡ ਤੇ ਆਰਡੀ ਦੇ ਬਿਲਕੁਲ ਇਹਦੇ ਨਾਲ ਸਾਹਮਣੇ ਨੇ ਅਤੇ ਇਹਨਾਂ ਦੂਜੀ ਬ੍ਰਾਂਚ ਹੋਣੇ ਫੋਨ 'ਤੇ ਘਰ ਛੱਡਿਆ ਹੋਣਾ ਬਾਅਦ 'ਚ ਚਾਰ ਪਿਰਾਣੇ ਨੇ ਜਿਹੜੇ ਨਾ ਪੰਜ ਪੰਜ ਵਾਰੀ ਰੀਫਿਲ ਕਰਾ ਚੁੱਕੇ ਨੇ ਛੇਵੀਂ ਵਾਰੀ ਉਹਨਾਂ ਦਾ ਦਨ ਆਏ ਛਾਣਾ ਅਤੇ ਵੇਖਦੇ ਹਾਂ ਕੋਈ ਹੁਣ ਪਤਾ ਤਾਂ ਨਹੀਂ ਇੱਦਾਂ ਲੱਗਾ ਵਾ ਉਹ ਰੇਲ ਕਿੱਦਾਂ ਗਈ ਉਹ ਟੁੱਟ ਗਿਆ ਉਹ ਕਿੱਦਾਂ ਹੈ ਸੁਣਿਆ ਨਾ ਰੀਫਿਲ ਰੀਫਿਲ ਕੀ ਸੂਰਤ ਹਾਲ ਹੈ ਵਜੀ ਸ਼ਾਹ ਜੀ ਹੁਣ ਖਾਣੇ ਵਾਲੇ ਤਾਂ ਫੁੱਲ ਹੋ ਗਏ ਆ ਹੁਣ ਸਵੀਟ ਦੀ ਜ਼ਰੂਰਤ ਹੈ ਇਸ ਟਾਈਮ 'ਤੇ ਅਤੇ ਮੈਕਡੋਨਲਡ ਜਿਹੜੀ ਮੈਕ ਫਲਰੀ ਹੈ ਨਾ ਉਹ ਟਰਾਈ ਕਰਦੇ ਹਾਂ ਫਿਰ
Uncle. Welcome to Big Drops. How are you, Uncle? Alhamdulillah. Your fudge brownie caramel. Oreo. 1650. एक जो है ना क्रिस्प बर्गर कर दे, वो 300 वाला है ना आपके पास? 1650 में. ये कोई इसमें डिस्काउंट नहीं है कोई खास और कुछ? किसके साथ डिस्काउंट? सारी चीजों में. सर दे दे खुदा का बस. बड़ी दूर से आए हैं. दूर वालों के लिए है. अल्लाह के नाम पे भी नहीं देते. लो जी मैं फ्लरी थी. बाय बाय मैकडोनल्ड. बाय बाय हार्डी. तू हमेशा याद रहोगे हमें. अच्छा जी असी साउथ और नॉर्थ दोनों तो अभी फ्री हो गए हैं और मैक फ्लरी ट्राई करने पैसे बहुत बेहतरीन है जा रही है जी. आइसक्रीम ना सही गल है थोड़ियाँ घट होंगे बड़ी मज़ेदार है. तो गल की तरफ रवान दवा अज का प्रोग्राम साडा बहुत अच्छा रहा. दुआवें याद रखे तो साडा चैनल सबसक्राइब भी करो तो इन्हें शेयर भी करो. तो बहुत शुक्रिया. अल्लाह हाफिज़.